ਦੇ ਵਿੱਚ ਫਿਰ ਬਣ ਗਈ ਗੱਲ। ਲਓ ਜੀ ਇੱਕ ਹੋਰ ਸਕੀਮ ਲੱਗ ਗਈ ਇਹ ਦੱਬ ਕੇ ਕੱਢ ਲੈਣਾ ਪੈਂਦਾ। ਲਓ ਜੀ ਅੱਜ ਬਣਾਉਣ ਲੱਗੇ ਅਸੀਂ ਬਰਗਰ ਐਗ। ਐਗ ਆਪਾਂ ਨੇ ਇੱਦਾਂ ਬਣਾਉਣਾ ਗੋਲ ਜਿਹੇ ਦੇ ਵਿੱਚ ਕੱਟ ਕੇ ਨਾ, ਵੀ ਇਹਦਾ ਪੂਰੇ ਨਾਪ ਦੇ ਬਣੇ ਆ, ਆਪਾਂ ਨੇ ਇਹਦਾ ਸਾਈਜ਼ ਦੇਖ ਲੈਣਾ ਹੈ, ਉਹਨਾਂ ਕੱਟ ਕੇ ਇਹਦੇ ਵਿੱਚ ਭਰ ਕੇ ਬਣਾਵਾਂਗੇ। ਅਤੇ ਬਾਕੀ ਮਸਾਲੇ ਜੋ ਆਪਣੇ ਘਰ ਦੇ ਵਿੱਚ ਨੋਰਮਲ ਹੁੰਦੇ, ਸਾਡੇ ਕੋਲ ਟਮਾਟਰ ਨਹੀਂ ਹੈਗੇ, ਚਲੋ ਟਮਾਟਰ ਦੀ ਕੋਈ ਗੱਲ ਨਹੀਂ, ਆਪਾਂ ਨੇ ਕੈਚ ਪਾ ਲੈਣੀ, ਅਤੇ ਮਾਇਨਾ ਜੋ ਹੈ ਸਾਰਾ ਆਪਣੇ ਘਰ ਦੇ ਦੇਸੀ ਸਮਾਨ ਹੈ, ਬਸ ਖੀਰਾ ਆਪਣੇ ਘਰ ਦੇ ਵਿੱਚ ਹੁੰਦੀ ਹੈ, ਪਿਆਜ਼, ਅਤੇ ਆਪਾਂ ਟਰਾਈ ਲਾ ਕੇ ਦੇਖਣ ਵੀ ਜਿਹੜਾ ਆਂਡਾ ਨਾ ਗੋਲ ਗੋਲ ਜਿਹਾ ਬਣਿਆ ਹੈ ਵਿੱਚ, ਆਪਾਂ ਇੱਥੇ ਕੱਟ ਕੇ ਇਹਦੇ ਵਿੱਚ ਇੱਦਾਂ ਰੱਖ ਲੈਣਾ, ਇਹਦੇ ਵਿੱਚ ਭਰ ਕੇ ਬਣਾਉਂਦੇ ਹਾਂ। ਅਤੇ ਆਪਾਂ ਨੇ ਇੱਥੇ ਦਾ ਗਲਾਸ ਰੱਖ ਕੇ ਨਾ ਵਿੱਚ ਤਾਂ ਕੱਢ ਲਾਂ ਗੋਲ ਗੋਲ ਜਿਹਾ। ਟੁੱਟ ਜਾ, ਟੁੱਟ ਗਿਆ, ਟੁੱਟ ਗਿਆ। ਲਓ ਜੀ ਆਹ ਬਣ ਗਿਆ ਆਪਣਾ ਇੱਥੇ ਗੋਲ ਜਿਹਾ, ਇਹ ਆਪਾਂ ਇੱਥੇ ਐਂ ਰੱਖਾਂਗੇ, ਪਹਿਲਾਂ ਥੱਲੇ ਘੀ ਲਾ ਲਈਏ, ਕਈ ਕੰਮ ਕਰਨੇ ਪੈਣੇ ਆਪਾਂ ਨੂੰ, ਫਿਰ ਆਪਣਾ ਗੋਲ ਜਿਹਾ ਬਣੂਗਾ। ਘੀ ਤੋਂ ਪਹਿਲਾਂ ਆਪਾਂ ਨਾ ਆਹ ਆਂਡਾ ਵੀ ਕਰ ਲਈਏ ਤਿਆਰ, ਠੀਕ ਹੈ। ਆਪਣੇ ਉੱਪਰ ਰੱਖ ਜਦੇ ਪਾ ਦੇਣਾ ਆਪਾਂ ਨੇ ਆਂਡੇ ਦਾ ਮਸਾਲਾ ਤਿਆਰ ਕਰੀਏ ਪਹਿਲਾਂ। ਆਂਡਾ ਗਲਾਸ 'ਚ ਪਾ ਕੇ ਇੱਦਾਂ ਇਹਦੇ ਵਿੱਚ ਥੋੜ੍ਹੀ ਜਿਹੀ ਹਰੀ ਮਿਰਚ ਪਾ ਲਾਂਗੇ, ਤਿੱਖਾ ਕਰ ਲਾਂਗੇ ਇਹਨੂੰ। ਆ ਲਓ ਇੰਨੀ ਹਰੀ ਮਿਰਚ, ਅਤੇ ਨਮਕ ਥੋੜ੍ਹਾ ਜਿਹਾ, ਅਤੇ ਗਰਮ ਮਸਾਲਾ ਆਹੀ ਪਾਉਣੇ, ਹੋਰ ਨਹੀਂ ਪਾਉਣਾ ਆਪਾਂ ਨੇ ਕੁਛ ਵੀ। ਪਿਆਜ਼ ਇੱਧਰ ਉੱਪਰ ਦੂਜੀ ਤਰ੍ਹਾਂ ਪਾ ਦਾਂਗੇ ਆਪਾਂ, ਠੀਕ ਹੈ ਜੀ। ਹੋਰ ਜੀ ਅਭੀ ਤਵੇ ਵਿੱਚ ਘੀ ਲਾ ਲਈ, ਆਹ ਰੱਖਣ ਆਪਾਂ ਉੱਪਰ, ਬਣ ਗਈ ਚੱਲ ਬਾਅਦ ਤੋਂ ਲੀਕ ਦੱਬ ਜਾ, ਸਿਰ ਦੱਬ ਲੈਣਾ ਪਰ ਲੀਕ ਤਾਂ ਹੁਣ ਨਹੀਂ ਦੇਣਾ, ਸਾਡੀ ਸਕੀਮ ਫੇਲ ਹੈ। ਥੋੜ੍ਹਾ ਥੋੜ੍ਹਾ ਹਲਾ ਦਵਾਂ ਮੈਂ, ਕਿਹਾ ਆਂਡਾ ਪੱਕ ਜਾਵੇ ਆਪਣਾ, ਇੱਕ ਸਾਈਡ ਤਾਂ ਗਿਆ ਹੁਣ ਪੱਕ ਹੈ, ਉਹ ਛੱਡਦਾ ਰਿਹਾ ਥੱਲੇ ਦੇ ਆ, ਠੀਕ ਹੈ, ਥੱਲੇ ਦੂਜੇ ਪਾਸੇ ਛੱਡ ਦੇਵੇ ਹੁਣ। ਚੱਲ ਬਣਦੇ ਸਕੀਮ ਦੀ ਹੁਣ ਬਣ ਗਈ ਗੱਲ, 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 ਲੱਗ ਗਈ ਸਕੀਮ ਦੂਜੀ ਸਾਈਡ 'ਤੇ ਪੱਕ ਜਾਵੇ। ਲਓ ਜੀ ਇੱਕ ਹੋਰ ਸਕੀਮ ਲੱਗ ਗਈ ਇਹ ਦੱਬ ਕੇ ਕੱਢ ਲੈਣਾ ਆਪਾਂ, ਇਹਦਾ ਆਪਾਂ ਨੇ ਕੱਢ ਲੈਣਾ। ਸਕੀਮਾਂ ਸੱਤੇ ਲਓ ਤੁਸੀਂ, ਇਹ ਆ ਦੇਖੋ ਇਹਨੂੰ ਫਿਰ ਆਪਣੇ ਇੱਥੇ ਰੱਖ ਲੈਣਾ। ਲਓ ਜੀ ਸਾਡਾ ਗੋਲ ਗੋਲ ਬਾਹਰ ਨਿਕਲਿਆ ਇਹ, ਠੀਕ ਹੈ ਜੀ। ਇਹ ਹੁਣ ਰੱਖਾਂਗੇ ਬ੍ਰੈਡ ਦੇ ਉੱਪਰ ਜੀ, ਆਪਾਂ ਇਹਦੇ ਵਿੱਚ ਥੱਲੇ ਪਹਿਲਾਂ ਕੈਚਪ ਪਾ ਲੈਣਾ ਥੋੜ੍ਹੀ ਜਿਹੀ, ਠੀਕ ਹੈ ਜੀ। ਅਤੇ ਕੈਚਪ ਤੋਂ ਬਾਅਦ ਇਹਦੇ ਕੈਚਪ ਆਹ ਰੱਖ ਦਿੰਦੇ ਤਾਂ ਹੈ ਨਾ, ਥੱਲੇ ਕੈਚਪ ਹੋਜੂਗੀ। ਇਸ ਤੋਂ ਉੱਪਰ ਆਪਣੇ ਪਹਿਲਾਂ ਹੁਣ ਮਾਇਨਸ ਪਾ ਲਏ ਥੋੜ੍ਹੀ ਜਿਹੀ ਉੱਪਰ, ਇਹਦੇ ਇੱਦਾਂ ਇਹਦੇ ਉੱਪਰ ਮਾਇਨਸ ਪਾ ਲੈਂਦੇ ਹਾਂ, ਅਤੇ ਇਹਨੂੰ ਥੋੜ੍ਹਾ ਜਿਹਾ ਮਿਕਸ ਜਿਹਾ ਕਰ ਦਿੰਦੇ ਹਾਂ, ਥੋੜ੍ਹਾ ਛੋਟਾ ਰਹਿ ਗਿਆ, ਚਲੋ ਕੋਈ ਨਹੀਂ, ਅਗਲੀ ਵਾਰ ਬੜਾ ਗਲਾਸ ਰੱਖਾਂਗੇ। ਇਹ ਆਹ ਲਓ ਜੀ ਇੱਦਾਂ ਰੱਖ ਦਿੰਦੇ ਹਾਂ, ਇਹ ਇੱਦਾਂ ਰੱਖ ਦਿੰਦੇ ਹਾਂ, ਅਤੇ ਇਹਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਰੱਖ ਦਿੰਦੇ ਹਾਂ, ਠੀਕ ਹੈ ਜੀ। ਅਤੇ ਹੋਰ ਆਪਾਂ ਕਿਆ ਪਾ ਸਕਦੇ ਹਾਂ ਇਹ ਤੁਸੀਂ ਕਮੈਂਟ ਕਰਕੇ ਦੱਸਿਓ, ਵੀ ਹੋਰ ਕਿਆ ਪਾ ਸਕਦੇ। ਟਮਾਟਰ ਸਾਡੇ ਕੋਲ ਹੈ ਨਹੀਂ। ਲਓ ਜੀ ਇਹ ਬਣ ਗਿਆ ਜੀ ਸਾਡਾ ਐੱਗ ਬਰਗਰ।